ਦਰਅਸਲ ਬਿੱਤੀ ਦਿਨੀ ਦਲਿਤ ਨੌਜਵਾਨ ਨੂੰ ਕੁਝ ਵਿਅਕਤੀਆਂ ਵੱਲੋਂ 3 ਘੰਟੇ ਤੱਕ ਬੰਨ ਕੇ ਰੱਖਿਆ ਗਿਆ ਸੀ ਤੇ ਉਸ ਨਾਲ ਅਜਿਹੇ ਮਨੁੱਖੀ ਤਸੀਹੇ ਕੀਤੇ ਗਏ ਕਿ ਸੁਣ ਕੇ ਰੂਹ ਕੰਬ ਜਾਂਦੀ ਹੈ। ਜੀ ਹਾਂ, ਕੁਝ ਨੌਜਵਾਨਾਂ ਨੇ ਇਸ ਦਲਿਤ ਨੌਜਵਾਨ ਨਾਲ ਰਾੜ ਤੇ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਹੀ ਨਹੀਂ, ਉਹਨਾਂ ਨੌਜਵਾਨਾਂ ਨੇ ਪੀੜਤ ਦੀਆਂ ਲੱਤਾਂ ਦੇ ਮਾਸ ਨੂੰ ਪਲਾਸ ਨਾਲ ਨੋਚਿਆ, ਜਿਸ ਕਾਰਨ ਜ਼ਖਮੀ ਨੌਜਵਾਨ ਨੂੰ PGI ਰੈਫਰ ਕੀਤਾ ਗਿਆ। ਪਰ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਉਸਨੇ ਦਮ ਤੋੜ ਦਿੱਤਾ। ਉਧਰ ਇਸ ਮਾਮਲੇ ਤੋਂ ਬਾਅਦ ਕੁਝ ਸਿਆਸੀ ਪਾਰਟੀਆਂ ਪੀੜਤ ਪਰਿਵਾਰ ਦੇ ਹੱਕ 'ਚ ਖੜੀਆਂ ਹੋਈਆਂ। ਅਸੀਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ, ਜਿਨ੍ਹਾਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ। ਉਹਨਾਂ ਕਿਹਾ ਕਿ ਉਹ ਬਾਕੀ ਪਾਰਟੀਆਂ ਦੇ ਨੇਤਾਵਾਂ ਨੂੰ ਨਾਲ ਲੈ ਕੇ ਇਸ ਮਾਮਲੇ ਨੂੰ ਸੰਸਦ ਵਿੱਚ ਚੁੱਕਣਗੇ ਤਾਂ ਕਿ ਪੰਜਾਬ ਸਰਕਾਰ ਦੇ ਇਸ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਦਬਾਅ ਬਣਾਇਆ ਜਾ ਸਕੇ। ਦੋਸਤੋ, ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਦੇ ਵਿੱਚ ਜੋ ਅਣਮਨੁੱਖੀ ਔਰ ਸ਼ਰਮਨਾਕ ਘਟਨਾ ਘਟੀ ਹੈ, ਉਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਘੱਟ ਹੈ। ਅਤੇ ਕੱਲ੍ਹ ਨੂੰ ਪਾਰਲੀਮੈਂਟ ਸ਼ੁਰੂ ਹੋਊਗੀ ਅਤੇ ਮੈਂ ਇਹ ਮਾਮਲਾ ਜੋ ਸੰਗਰੂਰ ਦੇ ਵਿੱਚ ਇੱਕ ਦਲਿਤ ਮੁੰਡੇ ਨੂੰ ਬਹੁਤ ਹੀ ਬੇਰਹਿਮੀ ਨਾਲ ਅਣਮਨੁੱਖੀ ਤਰੀਕੇ ਨਾਲ ਪਲਾਸ ਨਾਲ ਮਾਸ ਖਿੱਚ ਖਿੱਚ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ, ਇਹ ਮਾਮਲਾ ਮੈਂ ਜ਼ੋਰ ਸ਼ੋਰ ਨਾਲ ਕੱਲ੍ਹ ਨੂੰ ਬਾਕੀ ਪਾਰਟੀਆਂ ਨੂੰ ਵੀ ਨਾਲ ਲੈ ਕੇ ਉਠਾਊਂਗਾ ਤਾਂ ਕਿ ਪੰਜਾਬ ਸਰਕਾਰ 'ਤੇ ਪ੍ਰੈਸ਼ਰ ਬਣ ਸਕੇ ਕਿ ਠੀਕ ਹੈ, ਪੁਲਿਸ ਨੇ ਕੇਸ ਦਰਜ ਕਰ ਲਿਆ, ਬੰਦੇ ਵੀ ਗ੍ਰਿਫਤਾਰ ਹੋ ਗਏ, ਪਰ ਉਸ ਪਰਿਵਾਰ ਨੂੰ 50 ਲੱਖ ਰੁਪਈਆ ਅਤੇ ਸਰਕਾਰੀ ਨੌਕਰੀ ਦੀ ਜਿਹੜੀ ਮੰਗ ਹੈ ਇਹ ਮੈਂ ਇੱਥੇ ਜਿਹੜੇ ਸਾਡੇ ਮਿਨਿਸਟਰ ਨੇ ਹੋਮ ਮਿਨਿਸਟਰ ਉਹਨਾਂ ਨੂੰ ਵੀ ਮਿਲੂੰਗਾ, ਮੈਂ ਕੱਲ੍ਹ ਨੂੰ ਉਹਨਾਂ ਨੂੰ ਮੈਮੋਰੈਂਡਮ ਦੇਊਂਗਾ ਮੈਂ ਇਹ, ਅਤੇ ਮੈਂ ਆਪਣੀ ਪਾਰਟੀ ਦੇ ਸਾਰੇ ਅਹੁਦੇਦਾਰਾਂ ਨੂੰ, ਹਰਪਾਲ ਚੀਮਾ ਜੀ ਨੂੰ ਔਰ ਬਾਕੀ ਸਾਰੇ ਜਿੰਨੇ ਵੀ ਅਹੁਦੇਦਾਰ ਨੇ ਜਾਂ ਵਲੰਟੀਅਰ ਨੇ, ਮੈਂ ਉਹਨਾਂ ਨੂੰ ਕਿਹਾ ਕਿ ਜਿੱਥੇ ਵੀ ਜਥੇਬੰਦੀਆਂ ਨੇ ਲਾਇਆ ਹੋਇਆ ਮੋਰਚਾ ਉੱਥੇ ਜਾ ਕੇ ਸਾਥ ਦਿਓ, ਔਰ ਮੈਂ ਇੱਥੋਂ ਇੱਧਰੋਂ ਸਰਕਾਰ 'ਤੇ ਪ੍ਰੈਸ਼ਰ ਪਾਊਂਗਾ। ਸੋ ਮੈਂ ਕੱਲ੍ਹ ਨੂੰ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਠਾਊਂਗਾ ਤਾਂ ਕਿ ਉਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਅਤੇ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਇਹੋ ਜਿਹੀ ਘਟਨਾ ਜਿਹੜੀ ਹੈ ਉਹ ਕੋਈ ਅੰਜਾਮ ਦੇਣ ਦੀ ਕੋਈ ਹਿੰਮਤ ਨਾ ਕਰ ਸਕੇ। ਉੱਥੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ ਪਰਿਵਾਰ ਨੂੰ ਹਰ ਬਣਦਾ ਸਹਿਯੋਗ ਦੇਣ ਦੀ ਗੱਲ ਆਖੀ। ਇਹ ਦੋਸ਼ਾਂ ਨੂੰ ਸਖ਼ਤ ਸਜ਼ਾ ਦੇਣ ਵਾਸਤੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਸਖ਼ਤ ਤੋਂ ਸਖ਼ਤ ਸਜ਼ਾ ਦੋਸ਼ਾਂ ਨੂੰ ਮਿਲੂਗੀ। ਅਸੀਂ ਪਰਿਵਾਰ ਦੇ ਨਾਲ ਇਹ ਦੁੱਖ ਸਾਂਝਾ ਕਰਦੇ ਹਾਂ, ਜੋ ਗੱਲ ਹੋਈ ਹੈ ਗਲਤ ਹੋਈ ਹੈ ਔਰ ਜੋ ਵੀ ਇਸ ਦੇ ਆਪਣਾ ਦੋਸ਼ਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਸਖ਼ਤ ਤੋਂ ਸਖ਼ਤ ਸਜ਼ਾ ਮਿਲੂਗੀ। ਅਸੀਂ ਇਸ ਦੇ ਨਾਲ ਪਰਿਵਾਰ ਨਾਲ ਸਹਿਮਤ ਹੈ। ਲੋਕ ਇਹ ਵੀ ਮੰਗ ਕਰ ਰਹੇ ਨੇ ਪਰਿਵਾਰ ਨੂੰ ਮੁਆਵਜ਼ਾ ਅਤੇ ਉਹਨਾਂ ਨੂੰ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਨਹੀਂ, ਚਲੋ ਜੋ ਵੀ ਪ੍ਰੋਵੀਜ਼ਨਸ ਹੋਣਗੇ ਉਸ ਹਿਸਾਬ ਨਾਲ ਦੇਖ ਲਾਂਗੇ ਉਸ ਗੱਲ ਨੂੰ ਕਿ ਮੁਆਵਜ਼ੇ ਦੀ ਗੱਲ ਕਿਸ ਤਰ੍ਹਾਂ ਬਣ ਰਹੀ ਹੈ। ਬਟ ਲੇਕਿਨ ਜਿੱਥੇ ਤੱਕ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਉਹਨਾਂ 'ਤੇ ਸਖ਼ਤ ਕਾਰਵਾਈ ਹੋਊਗੀ, ਮੇਰੀ ਜ਼ਿੰਮੇਵਾਰੀ ਹੈ। ਉਧਰ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਇਸ ਮਾਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ। ਹਸ਼ੀਆਨਾ ਤਰੀਕੇ ਦੇ ਨਾਲ ਉਹਨੂੰ ਬਹੁਤ ਮਾੜੇ ਤਰੀਕੇ ਦੇ ਨਾਲ ਕੁੱਟ ਕੇ ਉਹਦੇ ਲੱਤਾਂ ਤੋੜ ਕੇ ਉਹਨੂੰ ਮੈਂ ਸਮਝਦਾ ਕਿ ਪਿਸ਼ਾਬ ਪਿਲਾ ਕੇ ਮਰਡਰ ਕੀਤਾ ਗਿਆ। ਸੋ ਇਹਦੇ ਬਹੁਤ ਹੀ ਮਾੜੀ ਘਟਨਾ ਹੈਗੀ ਔਰ ਮੈਂ ਸਮਝਦਾ ਇਹਦੀ ਜ਼ਿੰਮੇਵਾਰੀ ਹੈਗੀ ਆ ਪੰਜਾਬ ਸਰਕਾਰ ਦੀ ਹੈ, ਕਿਉਂਕਿ ਸੰਬੰਧਿਤ ਜਿਹੜੇ ਹੈਗੇ ਨੇ ਪੁਲਿਸ ਅਫਸਰ ਮੌਕੇ 'ਤੇ ਜਿਹੜੇ ਹੈਗੇ ਨੇ ਉਹ ਐਕਸ਼ਨ 'ਚ ਨਹੀਂ ਆਏ। ਅਫਸਰਾਂ ਨੂੰ ਇਹ ਦਿਵਾਲੀ ਦੀ ਘਟਨਾ ਹੈਗੀ, ਦਿਵਾਲੀ ਦੀ ਘਟਨਾ ਹੋਣ ਤੋਂ ਬਾਅਦ ਇੰਨੇ ਲੰਬੇ ਅਰਸੇ ਬਾਅਦ ਜਿਹੜੀ ਹੈਗੀ ਆ FIR ਦਾ ਦਰਜ ਹੋਣਾ, ਉਹ ਵੀ ਉਦੋਂ ਦਰਜ ਹੋਈ ਆ ਜਦੋਂ ਸੋਸ਼ਲ ਮੀਡੀਆ 'ਤੇ ਜੋ ਯੂਥ ਪਾਵਰ ਗਰੁੱਪ, ਜਿਹੜਾ ਸੰਗਰੂਰ ਹੈਗਾ ਸੰਗਰੂਰ ਯੂਥ ਪਾਵਰ ਗਰੁੱਪ ਆ, ਇੱਕ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਜਿਹੜੀ ਵੀਡੀਓ ਵਾਇਰਲ ਕੀਤੀ ਉਹ ਮੇਰੇ ਕੋਲ ਪਹੁੰਚੀ। ਉਸ ਤੋਂ ਬਾਅਦ ਮੈਂ SSP ਦੇ ਸੰਪਰਕ 'ਚ ਆਇਆ, SSP ਸਾਹਿਬ ਨੂੰ ਬੇਨਤੀ, ਉਸ ਤੋਂ ਬਾਅਦ ਜਿਹੜਾ ਮੁਕੱਦਮਾ ਦਰਜ ਹੁੰਦਾ। ਸੋ ਮੈਂ ਸਮਝਦਾ ਬਹੁਤ ਹੀ ਮਾੜੀ ਘਟਨਾ ਗੀ ਔਰ ਇਸ ਸਮੇਂ ਪਰਿਵਾਰ ਜਿਹੜਾ ਹੈਗਾ ਬਹੁਤ ਡੂੰਘੇ ਸਦਮੇ 'ਚ ਵਾ, ਕਿਉਂਕਿ 2 ਬੱਚੀਆਂ ਨੇਗੀਆਂ, ਬਹੁਤ ਛੋਟੀਆਂ ਛੋਟੀਆਂ ਬੱਚੀਆਂ ਨੇ ਜਿਨ੍ਹਾਂ ਨੂੰ ਹਜੇ ਮੈਂ ਸਮਝਦਾ ਕੋਈ ਦੁਨੀਆਦਾਰੀ ਦੀ ਸਮਝ ਵੀ ਹੈ ਨਹੀਂ। ਇੱਕ ਬੇਟਾ ਗਾ ਉਹ ਵੀ ਬਹੁਤ ਛੋਟਾ ਗਾ, ਕਿਉਂਕਿ ਅੱਜ ਪਰਿਵਾਰ ਜਿਹੜਾ ਹੈਗਾ ਬਹੁਤ ਡਰ ਦੇ ਸਾਏ ਦੇ ਵਿੱਚ ਰਹਿ ਰਿਹਾ। ਅੱਜ ਜਿਹੜਾ ਹੈਗਾ ਲਗਾਤਾਰ ਉਸ ਘਟਨਾ ਹੋਣ ਤੋਂ ਬਾਅਦ ਜਿਹੜਾ ਹਥਾ ਇਸ ਜਗ੍ਹਾ ਦੇ ਉੱਤੇ ਬੈਠਾ ਹੋਇਆ ਪਰਿਵਾਰ ਆ, ਤੋਂ ਇੱਥੋਂ ਪਤਾ ਲੱਗਦਾ ਕਿ ਅੱਜ ਵੀ ਉਹਨਾਂ ਲੋਕਾਂ ਦਾ ਅੱਜ ਵੀ ਉਹਨਾਂ ਹੀ ਡਰ ਅਤੇ ਖੌਫ ਬਣਿਆ ਹੋਇਆ। ਸੋ ਉਸਦੇ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਪਰਿਵਾਰ ਨੂੰ ਸੁਰੱਖਿਆ ਵੀ ਦੇਵੇ ਔਰ ਇਸ ਕੇਸ ਦਾ ਜਿਹੜਾ ਟਰਾਇਲ ਆ, ਇਸ ਕੇਸ ਦਾ ਜਿਹੜਾ ਟਰਾਇਲ ਹੈਗਾ, ਜਿਹੜਾ ਕੇਸ ਦੀ ਪੈਰਵਾਈ ਆ, ਉਹ ਵੀ 3 ਮਹੀਨਿਆਂ 'ਚ ਖਤਮ ਹੋ ਕੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਜੇਕਰ ਡਾਕਟਰ ਜਿਹੜੇ ਹੈਗੇ ਨੇ ਸੰਬੰਧਿਤ ਡਾਕਟਰ ਸਮੇਂ ਸਿਰ ਐਕਸ਼ਨ ਲੈ ਲੈਂਦੇ, ਸਮੇਂ ਸਿਰ ਇਲਾਜ ਕਰ ਦਿੰਦੇ, ਸ਼ਾਇਦ ਉਹਦੀ ਜਾਨ ਬਚ ਸਕਦੀ ਸੀ। ਸੋ ਮੈਂ ਸਮਝਦਾ ਡਾਕਟਰਾਂ ਦਾ ਬਹੁਤ ਵੱਡਾ ਇਹਦੇ 'ਚ ਕਸੂਰ ਆ। ਉਸ ਤੋਂ ਬਾਅਦ ਜਿਹੜਾ ਹੈਗਾ ਸੈਕਿੰਡ ਨੰਬਰ 'ਤੇ ਪੰਜਾਬ ਪੁਲਿਸ ਆਉਂਦੀ ਹੈ, ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਹੈਗੇ ਨੇ ਸੁੱਤੇ ਪਏ ਰਹੇ ਨੇ। ਜਦੋਂ ਪੰਜਾਬ ਪੁਲਿਸ ਨੂੰ ਪਤਾ ਲੱਗ ਚੁੱਕਿਆ ਸੀ ਤਾਂ ਪੰਜਾਬ ਪੁਲਿਸ ਨੂੰ ਚਾਹੀਦਾ ਸੀਗਾ ਕਿ ਉਸ ਨੌਜਵਾਨ ਨੂੰ ਜਿਹੜਾ ਹੈਗਾ ਜਗਮੇਲ ਨੂੰ ਲੈ ਕੇ ਜਾਂਦੇ, ਲਿਜਾ ਕੇ ਕਿਸੇ ਵੱਡੇ ਹੋਸਪਿਟਲ ਦਾਖਲ ਕਰਾ ਕੇ ਉਹਦਾ ਤੁਰੰਤ ਇਲਾਜ ਕਰਦੇ। ਸੋ ਮੈਂ ਸਮਝਦਾ ਪੰਜਾਬ ਪੁਲਿਸ ਔਰ ਡਾਕਟਰ ਇਸ ਮਾਮਲੇ 'ਚ ਬੁਰੀ ਤਰ੍ਹਾਂ ਫੇਲ ਹੋਏ ਨੇ। ਦੇਖਦੇ ਹਾਂ ਕਿ ਹੁਣ ਇਸ ਦਲਿਤ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਬਿਊਰੋ ਰਿਪੋਰਟ।